ਨਮਸਕਾਰ ਖਬਰਾਂ ਦੇ ਇਸ ਬਲੇਟਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨਜੀਤ ਸਿੰਘ ਪਹਿਲਾਂ ਪੇਸ਼ ਨੇ ਚੋਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ Odisha ਤੇ ਪੱਛਮੀ ਬੰਗਾਲ ਵਿੱਚ ਯਾਸ ਤੂਫਾਨ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਪ੍ਰਭਾਵਿਤ ਸੂਬਿਆਂ ਲਈ ਪ੍ਰਧਾਨ ਮੰਤਰੀ ਵੱਲੋਂ 5-500 ਕਰੋੜ ਰੁਪਏ ਦੀ مالی ਮਦਦ ਦਾ ਐਲਾਨ ਕੋਵਿਡ-19 ਤੀਕਾਕਰਨ ਮੁਹਿੰਮ ਤਹਿਤ ਦੇਸ਼ ਭਰ ਵਿੱਚ ਹੁਣ ਤੱਕ 20 ਕਰੋੜ 57 ਲੱਖ ਤੋਂ ਵੱਧ ਟੀਕੇ ਲਗਾਏ ਗਏ। ਡੀਜੀਸੀਏ ਨੇ ਕਮੰਧੀ ਯਾਤਰਾ ਉਡਾਣਾਂ 'ਤੇ ਪਾਬੰਦੀ 30 ਜੂਨ ਤੱਕ ਵਧਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਮਨ ਦੀ ਬਾਤ ਪ੍ਰੋਗਰਾਮ ਰਾਹੀਂ ਦੇਸ਼ਵਾਸੀਆਂ ਨਾਲ ਵਿਚਾਰ ਸਾਂਝੇ ਕਰਨਗੇ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਕਟੌਤੀ ਕਰਕੇ ਵੱਡੀ ਰਾਹਤ ਦਿੱਤੀ ਗਈ। ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਸ ਚੱਕਰਵਾਤ ਨਾਲ ਪ੍ਰਭਾਵਿਤ ਸੂਬਿਆਂ ਲਈ 500-500 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇ ਐਲਾਨ ਕੀਤਾ ਹੈ। ਉੜੀਸਾ ਅਤੇ ਪੱਛਮ ਬੰਗਾਲ ਦੇ ਦੌਰੇ ਮਗਰੋਂ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਉੜੀਸਾ ਦੇ ਦੌਰੇ ਤੇ ਭਵਨੇਸ਼ਵਰ ਪਹੁੰਚੇ ਜਿੱਥੇ ਉਨ੍ਹਾਂ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਯਾਸ ਤੂਫਾਨ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਿਸ ਵਿੱਚ ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ, ਮੁੱਖ ਮੰਤਰੀ ਨਵੀਨ ਪਟਨਾਇਕ, ਕੇਂਦਰੀ ਮੰਤਰੀ ਤਰਮਿੰਦਰ ਪ੍ਰਧਾਨ ਅਤੇ ਪ੍ਰਤਾਪ ਚੰਦਰ ਸਰੰਗੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ ਭਾਰੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਉੱਤਰੀ ਉੜੀਸ਼ਾ ਦੇ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਵੀ ਕੀਤਾ ਗਿਆ ਇਲਾਕੇ ਭਿਆਨਕ ਯਾਜ ਚੱਕਰਵਾਤ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਮੁੱਖ ਮੰਤਰੀ ਨਵੀਨ ਪਟਾਏਕ ਨੇ ਉੜੀਸ਼ਾ ਦੇ ਦੌਰੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਤੇ ਉੜੀਸ਼ਾ ਵਿੱਚ ਯਾਜ ਵਰਗੇ ਤੂਫਾਨਾਂ ਨਾਲ ਨਜਿੱਠਣ ਲਈ ਲੰਬੀ ਮਿਆਦੀ ਸਕੀਮ ਤਹਿਤ ਮੂਲ ਢਾਂਚਾ ਸਥਾਪਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਉੜੀਸ਼ਾ ਦੇ ਕੁੱਲ 480 ਕਿਲੋਮੀਟਰ ਦੇ ਤੱਟ ਵਿੱਚੋਂ 400 ਤੋਂ 450 ਕਿਲੋਮੀਟਰ ਦਾ ਖੇਤਰ ਜ਼ਿਆਦਾਤਰ ਚੱਕਰਵਾਤੀ ਤੂਫਾਨਾਂ ਨਾਲ ਪ੍ਰਭਾਵਿਤ ਹੁੰਦਾ ਹੈ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਤੱਟ ਦੇ ਨਾਲ-ਨਾਲ ਬੰਦਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਬਾਰੇ ਦੱਸਿਆ ਮੁੱਖ ਮੰਤਰੀ ਨੇ ਕਿਹਾ ਕਿ ਯਾਸ ਚੱਕਰਵਾਤ ਕਾਰਨ ਹੋਏ ਨੁਕਸਾਨ ਦੇ ਮੁਲਾਂਕਣ ਬਾਰੇ ਰਿਪੋਰਟ 1 ਹਫ਼ਤੇ ਦੇ ਅੰਦਰ-ਅੰਦਰ ਭੇਜੀ ਜਾਵੇਗੀ ਪ੍ਰਧਾਨ ਮੰਤਰੀ ਵੱਲੋਂ ਉੜੀਸਾ ਤੋਂ ਬਾਅਦ ਯਾਸ ਚੱਕਰਵਾਤ ਨਾਲ ਪ੍ਰਭਾਵਿਤ ਪੱਛਮ ਬੰਗਾਲ ਦੇ ਇਲਾਕਿਆਂ ਦਾ ਵੀ ਹਵਾਈ ਸਰਵੇਖਣ ਕੀਤਾ ਗਿਆ ਅਤੇ ਉਨ੍ਹਾਂ ਪੱਛਮੀ ਬੇਤਨੀਪੁਰ ਦੇ ਕਲਾਈਕੁੰਡਾ ਵਿਖੇ ਸਮੀਖਿਆ ਮੀਟਿੰਗ ਕੀਤੀ ਕੋਵਿਡ-19 ਟਿਕਾਖਨ ਮਹਿੰਮ ਤਹਿਤ ਦੇਸ਼ ਭਰ ਵਿੱਚ ਹੁਣ ਤੱਕ 20 ਕਰੋੜ 57 ਲੱਖ ਟੀਕੇ ਲਗਾਏ ਜਾ ਚੁੱਕੇ ਨੇ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਟਿਕਾਖਨ ਮਹਿੰਮ ਦੇ ਕੱਲ 132 ਵਿਦਿਆਨੇ ਸ਼ਾਮ 7 ਵਜੇ ਤੱਕ 26 ਲੱਖ 58 ਹਜ਼ਾਰ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਤੀਜੇ ਗੇੜ ਤਹਿਤ 18 ਤੋਂ 44 ਸਾਲ ਉਮਰ ਵਰਗ ਦੇ 1.5 ਕਰੋੜ ਤੋਂ ਵੱਧ ਲਾਭਪਾਤਰੀ ਵੈਕਸੀਨ ਦੀ ਪਹਿਲੀ ਖੁਰਾਕ ਹਾਸਲ ਕਰ ਚੁੱਕੇ ਨੇ ਬੀਤੇ ਦਿਨ ਉਸ ਉਮਰ ਵਰਗ ਦੇ 11 ਲੱਖ 76 ਹਜ਼ਾਰ ਲਾਭਪਾਤਰੀਆਂ ਨੇ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ ਹੁਣ ਤੱਕ 16 ਕਰੋੜ 18 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਜਦਕਿ 4 ਕਰੋੜ 38 ਲੱਖ ਤੋਂ ਵੱਧ ਲਾਭਪਾਤਰੀ ਵੈਕਸੀਨ ਦੀ ਦੂਜੀ ਖੁਰਾਕ ਹਾਸਲ ਕਰ ਚੁੱਕੇ ਨੇ ਪੰਜਾਬ ਵਿੱਚ ਹੁਣ ਤੱਕ 49 ਲੱਖ 18000 ਟੀਕੇ ਲਗਾਏ ਜਾ ਚੁੱਕੇ ਨੇ ਜਿਸ ਵਿੱਚੋਂ 41 ਲੱਖ 65000 ਲਾਭਪਾਤਰੀ ਨੇ ਵੈਕਸੀਨ ਦੀ ਪਹਿਲੀ ਖੁਰਾਕ ਹਾਸਲ ਕੀਤੀ ਹੈ ਜਦਕਿ 7.5 ਲੱਖ ਤੋਂ ਵੱਧ ਲਾਭਪਾਤਰੀ ਵੈਕਸੀਨ ਦਾ ਦੂਜਾ ਟੀਕਾ ਲਗਵਾ ਚੁੱਕੇ ਨੇ ਦੇਸ਼ ਵਿੱਚ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਭਾਰਤੀ ਰੇਲਵੇ ਵੱਲੋਂ ਵੀ ਨਿਰੰਤਰ ਯੋਗਦਾਨ ਪਾਇਆ ਜਾ ਰਿਹਾ ਹੈ। ਰੇਲ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਰੇਲਵੇ ਨੇ 19400 ਮੀਟ्रिक टन ਤੋਂ ਵੱਧ ਤਰਲ ਮੈਡੀਕਲ ਆਕਸੀਜਨ ਦੀ ਪਹੁੰਚ ਨੂੰ ਯਕੀਨੀ ਬਣਾਇਆ। ਅੰਕੜਿਆਂ ਮੁਤਾਬਕ ਆਕਸੀਜਨ ਐਕਸਪ੍ਰੈਸ ਰੇਲ ਗੱਡੀਆਂ ਵੱਲੋਂ ਵੱਖ-ਵੱਖ ਸੂਬਿਆਂ ਦੇ 39 ਸ਼ਹਿਰਾਂ ਅਤੇ ਕਸਬਿਆਂ ਦੇ 41 ਰੇਲਵੇ ਸਟੇਸ਼ਨਾਂ ਤੇ ਮੈਡੀਕਲ ਆਕਸੀਜਨ ਦੀ ਡਿਲੀਵਰੀ ਕੀਤੀ ਗਈ ਹੈ। ਇਹਨਾਂ 299 ਆਕਸੀਜਨ ਐਕਸਪ੍ਰੈਸ ਰੇਲਾਂ ਵੱਲੋਂ 1150 ਤੋਂ ਵੱਧ ਟੈਂਕਰਾਂ ਮੰਤਾਲੇ ਮੁਤਾਬਕ ਲੋੜਵੰਦ ਸੂਬਿਆਂ ਨੂੰ ਕਟੋਕਟ ਸਮੇਂ ਵਿੱਚ ਮੈਡੀਕਲ ਆਕਸੀਜਨ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਭਾਰਤੀ ਰੇਲਵੇ ਲਗਾਤਾਰ ਯਤਨਸ਼ੀਲੇ ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਵੱਲੋਂ ਕਮਾਂਤਰੀ ਯਾਤਰਾ ਉਡਾਨਾਂ ਤੇ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਏ ਡੀਜੀਸੀਏ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਪਾਬੰਦੀਆਂ ਨੂੰ ਵਧਾਉਣ ਦਾ ਫੈਸਲਾ ਕੀਤਾ ਏ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਸਮਰਾਥ ਅਧਿਕਾਰੀ ਵਕਤ-ਵਕਤ ਮਾਮਲਿਆਂ ਦੇ ਆਧਾਰ ਤੇ ਕੋਈ 94 ਰੂਟਾ ਲਈ ਅਨੁਸੂਚਿਤ ਕਮਾਂਤਰੀ ਉਡਾਣਾ ਦੀ ਮਨਜ਼ੂਰੀ ਦੇ ਸਕਦਾ ਹੈ ਇਸ پابੰਦੀ ਨਾਲ ਸਾਰੀਆਂ ਕਮਾਂਤਰੀ ਕਾਰਗੋ ਉਡਾਣਾ ਅਤੇ ਵਿਸ਼ੇਸ਼ ਰੂਪ ਤੋਂ ਮਨਜ਼ੂਰੀशुदा ਉਡਾਣਾ ਉੱਪਰ ਕੋਈ ਪ੍ਰਭਾਵ ਨਹੀਂ ਪਵੇਗਾ ਦੇਸ਼ਵਿੱਤਕ ਮੰਤਰੀ ਹਵਾਈ ਉਡਾਨਾਂ ਪਿਛਲੇ ਬਰੇ ਤੇਈ ਮਾਸ ਤੋਂ ਰੱਦ ਕੀਤੀਆਂ ਗਈਆਂ ਸਨ ਜਦਕਿ ਬੀਤੇ ਬਰੇ ਮਈ ਮਹੀਨੇ ਤੋਂ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਮੰਤਰੀ ਉਡਾਨਾਂ ਚਲਾਈਆਂ ਜਾ ਰਹੀਆਂ ਨੇ ਕੁਝ ਚੌੜੇ ਮੂਲਕਾਂ ਨਾਲ ਦਬੱਲੇ 에ਅਰ ਬੱਬਲ ਸਮਝੌਤੇ ਅਧੀਨ ਵੀ ਕਮੰਤਰੀ ਉਡਾਨਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਨੇ ਭਾਰਤ ਨੇ ਤਕਰੀਬਨ 28 ਸਾਈ ਮੂਲਕਾਂ ਨਾਲ 에ਅਰ ਬੱਬਲ ਸਮਝੌਤੇ ਕੀਤੇ ਨੇ ਪੰਜਾਬ ਸਰਕਾਰ ਨੇ ਕੋਵਿਡ-19 ਦੇ ਗੈਰ ਲੱਛਣੀ ਅਤੇ ਹਲਕੇ ਕੇਸਾਂ ਲਈ ਇੱਕ ਨਵੇਂ ਲੂਕਾਂਟ ਵਾਸਤੇ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਦੀ ਹਦਾਇਤਾਂ ਮੁਤਾਬਕ ਕਿ ਲੂਕਾਂਟ ਵਾਸ ਵਿੱਚ ਰੱਖੇ ਗਏ ਮਰੀਜ਼ 10 ਦਿਨ ਬਾਅਦ ਅਗਲੇ 3 ਦਿਨਾਂ ਤੱਕ ਬੁਖਾਰ ਅਤੇ ਹੋਰ ਲੱਛਣ ਨਾ ਦਿਖਾਈ ਦੇਣ ਦੀ ਸੂਰਤ ਵਿੱਚ ਡਿਸਚਾਰਜ ਕੀਤੇ ਜਾਣਗੇ ਗਾਰ ਲਖਨੇ ਕਿਸ ਤਰ੍ਹਾਂ ਵਿੱਚ 10 ਦਿਨ ਦੀ ਮਿਆਦ ਜਾਂਚ ਲਈ ਸੈਂਪਲ ਲੈ ਜਾਣ ਵਾਲੇ ਦਿਨ ਤੋਂ ਮੰਨੀ ਜਾਵੇਗੀ ਸਿੱਧੂ ਨੇ ਦੱਸਿਆ ਕਿ ਈਲੂ ਕਾਂਤਵਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਕੋਵਿਡ-19 ਲਈ ਜਾਂਚਤੀ ਲੋੜ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ 60 ਸਾਲ ਦੀ ਉਮਰ ਤੋਂ ਵੱਧ ਹੋਰ ਨਾ ਸਹਿਰੋਂ ਕਾਂਤ ਤੋਂ ਪੀੜਤ ਲੋਕਾਂ ਨੂੰ ਮੈਡੀਕਲ ਅਫਸਰ ਦੀ ਜਾਂਚ ਤੋਂ ਬਾਅਦ ਹੀ ਈਲੂ ਕਾਂਤਵਸ ਵਿੱਚ ਰੱਖਣ ਦੀ ਅਗਿਆ ਦਿੱਤੀ ਜਾਵੇਗੀ ਸੂਬੇ ਦੇ ਸਿਹਤ ਮੰਤਰੀ ਨੇ ਕਿਹਾ ਕਿ ਲੋੜਵੰਦ ਮਰੀਜ਼ਾਂ ਨੂੰ ਰੈਮਡੇਸੀਵਿਰ ਅਤੇ ਹੋਰ ਜ਼ਰੂਰੀ ਦਵਾਈਆਂ ਦੇਣ ਦਾ ਫੈਸਲਾ ਡਾਕਟਰਾਂ ਵੱਲੋਂ ਹੀ ਕੀਤਾ ਜਾਵੇਗਾ ਤੇ ਜਿਹੇ ਟੀਕੇ ਜਾਂ ਦਵਾਈਆਂ ਹਸਪਤਲ ਵਿੱਚ ਹੀ ਦਿੱਤੇ ਜਾਣਗੇ ਸਿੱਧੂ ਨੇ ਲੋਕਾਂ ਨੂੰ ਘਰ ਨਾ ਲਗਾਉਣ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਆਕਾਸ਼ਵਾਣੀ ਦੇ ਬਹੁਤ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਤਹਿਤ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਦੀ ਇਸ 77ਵੀਂ ਕੜੀ ਹੋਵੇਗੀ ਮਨ ਕੀ ਬਾਤ ਪ੍ਰੋਗਰਾਮ ਨੂੰ ਦੂਰਦਰਸ਼ਨ ਦੇ ਸਾਰੇ ਚੈਨਲ ਪ੍ਰਸਾਰਿਤ ਕਰਨਗੇ ਇਹ ਪ੍ਰੋਗਰਾਮ ਮਹੀਨੇ ਦੇ ਆਖਰੀ ਐਤਵਾਰ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ ਅਤੇ ਇਸ ਤੋਂ ਤੁਰੰਤ ਬਾਅਦ ਇਸ ਪ੍ਰੋਗਰਾਮ ਦਾ ਖੇਤਰੀ ਭਾਸ਼ਾ ਵਿੱਚ ਰੂਪਾਂਤਰ ਵੀ ਦੇਖਿਆ ਤੇ ਸੁਣਿਆ ਜਾ ਸਕਦਾ ਹੈ ਜਿਹੜੀ ਪੰਜਾਬੀ ਤੇ ਰਾਤ 8 ਵਜੇ ਇਸ ਦਾ ਮੁੜ ਪ੍ਰਸਾਰਣ ਹੋਵੇਗਾ ਪਲਕੇ ਪ੍ਰਸਾਰਿਤ ਥੋਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਲਈ ਲੋਕ ਆਪਣੇ ਵਿਚਾਰ ਜਾਂ ਸੁਝਾਅ ਨਮੋ ਐਪ ਜਾਂ ਮਾਈ ਗੋਵਰਨਮੈਂਟ ਓਪਨ ਫੋਰਮ ਤੇ ਸਾਂਝੇ ਕਰ ਸਕਦੇ ਨੇ ਆਪਣੇ ਸੁਝਾਅ ਟੋਲ ਫਰੀ ਨੰਬਰ 18000117800 ਤੇ ਡਾਇਲ ਕਰਕੇ ਹਿੰਦੀ ਜਾਂ ਅੰਗਰੇਜ਼ੀ ਵਿੱਚ ਰਿਕਾਰਡ ਕਰਵਾਏ ਜਾ ਸਕਦੇ ਨੇ ਨਾਗਰਿਕ 1922 ਤੇ ਮਿਸਡ ਕਾਲ ਦੇ ਕੇ ਵੀ ਲਿੰਕ ਪ੍ਰਾਪਤ ਕਰਕੇ ਐਸਐਮਐਸ ਦੇ ਜ਼ਰੀਏ ਪ੍ਰਧਾਨ ਮੰਤਰੀ ਨੂੰ ਸਿੱਧੇ ਸੁਝਾਅ ਦੇ ਸਕਦੇ ਨੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타 ਰਮਨਦੀਪ ਪ੍ਰਧਾਨ ਦੀ ਹੇਠ ਜੀਐਸਟੀ ਕੌਂਸਲ ਦੀ ਮੀਟਿੰਗ ਦੌਰਾਨ ਬਲੈਕ ਫੰਗਸ ਦੇ ਟੀਕੇ ਤੇ ਡਰਾਮਾ ਡਿਊਟੀ ਤੋਂ ਛੋਟ ਸਣੇ ਕਈ ਅਹਿਮ ਫੈਸਲੇ ਕੀਤੇ ਗਏ ਨੇ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਰਮਲਾ ਸੀ타 ਰਮਨ ਨੇ ਕਿਹਾ ਕਿ ਮੈਡੀਕਲ ਵਸਤਾਂ ਤੇ ਟੀਕਿਆਂ ਤੇ ਟੈਕਸ ਢਾਂਚੇ ਬਾਰੇ ਮੰਤਰੀਆਂ ਦਾ ਸਮੂਹ ਵਿਚਾਰ ਵਟਾਂਦਰਾ ਕਰੇਗਾ ਉਹਨਾਂ ਨੇ ਕਿਹਾ ਕਿ ਕੌਂਸਲ ਨੇ ਬਲੈਕ ਫੰਗਸ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਐਨਫਾਰਟਫਿਨ ਬੀਡੀ ਡਰਾਮਾ ਡਿਊਟੀ ਤੇ ਜੀਐਸਟੀ ਤੋਂ 31 ਅਗਸਤ 2021 ਤੱਕ ਛੋੜ ਦੇਣ ਦਾ ਫੈਸਲਾ ਲਿਆਏ ਖਜ਼ਾਨਾ ਮੰਤਰੀ ਨੇ ਕਿਹਾ ਕਿ ਸੂਬਿਆਂ ਦੇ ਜੀਐਸਟੀ ਮਾਲੀਏ ਦੀ ਪਰਪਾਈ ਲਈ ਵੀ ਕੇਂਦਰ ਸਰਕਾਰ ਪਿਛਲੇ ਵਰੇ ਦੀ ਤਰ੍ਹਾਂ ਇਸ ਸਾਲ ਵੀ ਕਰਜ਼ ਹਾਸਲ ਕਰੇਗੀ ਅਤੇ ਇਹ ਸੂਬਿਆਂ ਨੂੰ ਜਾਰੀ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਸ ਵਾਰੇ 158000 ਕਰੋੜ ਰੁਪਏ ਸੂਬਿਆਂ ਨੂੰ ਜੀਐਸਟੀ ਮਾਲੀਏ ਦੇ ਘਾਟੇ ਦੀ ਪਰਪਾਈ ਲਈ ਜਾਰੀ ਕੀਤੇ ਜਾਣਗੇ। ਸਿਤਨਮਨ ਨੇ ਦੱਸਿਆ ਕਿ ਜੀਐਸਟੀ ਪ੍ਰਣਾਲੀ ਲਾਗੂ ਹੋਣ ਸਮੇਂ ਸ਼ੁਰੂ ਕੀਤੇ ਗਏ ਮੁਆਵਜ਼ਾ ਪ੍ਰਬੰਧ ਬਾਰੇ ਜੁਲਾਈ 2022 ਤੋਂ ਬਾਅਦ ਲਾਗੂ ਰੱਖਣ ਬਾਰੇ ਵਿਚਾਰ ਕਰਨ ਲਈ ਕੌਂਸਲ ਦਾ ਵਿਸ਼ੇਸ਼ اجلاس ਸੱਦਾ ਜਵੇਗਾ ਜਿਸ ਵਿੱਚ ਸਿਰਫ ਇਸ ਮੁੱਦੇ ਤੇ ਚਰਚਾ ਕੀਤੀ ਜਾਵੇਗੀ। ਕੌਂਸਲ ਦੀ ਇਸ ਮੀਟਿੰਗ ਦੌਰਾਨ ਛੋਟੇ ਕਰਦਾਤਾਵਾਂ ਨੂੰ ਮਾਫੀ ਯੋਜਨਾ ਤਹਿਤ ਦੇਰੀ ਨਾਲ ਰਿਟਰਨ ਭਰਨ ਤੇ ਰਾਹ ਦੇਣ ਦਾ ਵੀ ਐਲਾਨ ਕੀਤਾ ਗਿਆ। ਜਸਤੀ ਕੌਂਸਲੀ ਵੀਡੀਓ ਕਾਨਫਰੰਸ ਨਹੀਂ ਹੋਈ ਤਾਂ ਤਤਾਲੀ ਵੀ ਮੀਟਿੰਗ ਵਿੱਚ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖਜ਼ਾਨਾ ਮੰਤਰੀਆਂ ਤੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ। ਕੇਸਸ ਆਫ ਬਲੈਕ ਫੰਗਸ। ਅ ਪਰਟੀਕੂਲਰ ਮੈਡੀਸਿਨ ਵਿਚ ਇਜ਼ ਰਿਕਵਾਇਰਡ ਫਾਰ ਇਟ ਕਾਲਡ ਐਮਪੋਟੇਰਿਸਿਨ ਬੀ। has also been included into the exemption list the council has decided to exempt the import of relief items even if they are purchased if these are meant for donating to the government or on recommendation of the state authority ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਘਰੇਲੂ ਖਪਤ ਕਰਨ ਲਈ ਬਿਜਲੀ ਦਰਾਂ ਵਿੱਚ ਕਟੌਤੀ ਕਰਕੇ ਵੱਡੀ ਰਾਹਤ ਦਿੱਤੀ ਗਈ ਹੈ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਮਾਲੀਵਰੇ 2021 ਬਾਈਲੇ ਬਿਜਲੀ ਦੀਆਂ ਦਰਾਂ ਦਾ ਐਲਾਨ ਕੀਤਾ ਗਿਆ ਹੈ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਕੋਵਿਡ-19 ਮਹਾਮਾਰੀ ਕਾਰਨ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਈਰੇ ਲੋਕ ਖਪਤਕਾਰਾਂ ਲਈ ਬਿਜਲੀ ਦੇ ਧਰਮ ਵਿੱਚ ਰਾਹ ਦਿੱਤੀ ਗਈ ਹੈ 2 ਕਿਲੋਵਾਟ ਦੇ ਲੋਡ ਵਾਲੇ ਈਰੇ ਲੋਕ ਖਪਤਕਾਰਾਂ ਲਈ ਪਹਿਲੇ 100 ਯੂਨਿਟਾਂ ਤੱਕ ਫੀ ਯੂਨਿਟ ਬਿਜਲੀ ਦੀ ਦਰ 1 ਰੁਪਏ ਜਦਕਿ 101 ਤੋਂ 300 ਯੂਨਿਟ ਲਈ ਦਰ ਵਿੱਚ 50 ਪੈਸੇ ਦੀ ਕਟੌਤੀ ਕੀਤੀ ਗਈ ਹੈ ਇਹਨਾਂ ਤੋਂ ਇਲਾਵਾ 2 ਕਿਲੋਵਾਟ ਤੋਂ 7 ਕਿਲੋਵਾਟ ਤੱਕ ਲੋਡ ਵਾਲੇ ਈਰੇ ਲੋਕ ਖਪਤਕਾਰਾਂ ਲਈ ਪਹਿਲੇ 100 ਯੂਨਿਟਾਂ ਲਈ 75 ਪੈਸੇ ਜਦਕਿ 101 ਤੋਂ 300 ਯੂਨਿਟਾਂ ਲਈ 50 ਪੈਸੇ ਪ੍ਰਤੀ ਯ ਸਨਤੀ ਤੇ ਕਮਰਸ਼ੀਅਲ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਜਦਕਿ ਵੱਡੇ ਸੰਤੀ ਖਪਤਕਾਰਾਂ ਦੀਆਂ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ ਬਿਜਲੀ ਦੀਆਂ ਇਹ ਦਰਾਂ 1 ਜੂਨ ਤੋਂ ਲਾਗੂ ਹੋਣਗੀਆਂ ਪੰਜਾਬ ਦੇ ਬਾਕੀ ਹਿੱਸਿਆਂ ਵਾਂਗ ਮੁਹਾਲੀ ਵਿੱਚ ਵੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅન્ન ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਮੁਫਤ ਅਨਾਜ ਵੰਡਿਆ ਜਾ ਰਿਹਾ ਹੈ ਗਰੀਬਾਂ ਨੂੰ ਮਈ ਅਤੇ ਜੂਨ ਮਹੀਨਾ ਲਈ ਹਰ ਪਰਿਵਾਰ ਨੂੰ 5-5 ਕਿਲੋ ਪ੍ਰਤੀ ਜੀ ਦੇ ਹਿਸਾਬ ਨਾਲ ਅਨਾਜ ਦਿੱਤਾ ਜਾ ਰਿਹਾ ਹੈ ਮੁਹਾਲੀ ਜ਼ਿਲ੍ਹੇ ਦੇ ਸਕਰੂਲਪੁਰ ਅਤੇ ਬੀਬੀਪੁਰ ਪਿੰਡਾਂ ਦੇ ਵਸਨੀਕਾਂ ਅਮਰਜੀਤ ਸਿੰਘ, ਗੁਰਨਾਮ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ, ਲਾਖਕੌਰ, ਗੁਰਚਰਨ ਸਿੰਘ, ਕੁਲਦੀਪ ਸਿੰਘ ਅਤੇ ਰਿੰਕੀ ਨੇ ਕੇਂਦਰ ਵੱਲੋਂ ਕਰੋਨਾ ਸੰਕਟ ਸਮੇਂ ਗਰੀਬਾਂ ਦੀ ਮਦਦ ਲਈ ਧੰਨਵਾਦ ਕੀਤਾ। ਤੇ ਚਾਰ ਮੈਂਬਰਾਂ ਅਸੀਂ 40 ਕਿਲੋ ਕਣਕ ਮਿਲੀ ਸਾਨੂੰ। ਹਾਂ ਸਾਨੂੰ ਪਹਿਲਾਂ ਵੀ ਕਿਰਨਾਂਜਕ ਸਰਕਾਰ ਤੋਂ ਮਿਲੀ ਹੈ ਕਣਕ ਤੇ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ। ਗੁਰਨਾਮ ਸਿੰਘ ਆ ਜੀ ਪਿੰਡ ਸਕਰੂਲਾਂਪੁਰ ਆ ਜੀ 50 ਕਿਲੋ ਕਣਕ ਮਿਲਦੀ ਹੈ ਜੀ ਧੰਨਵਾਦ ਸਰਕਾਰ ਦਾ ਬਹੁਤ-ਬਹੁਤ। ਇਹ ਜਗਤਕ੍ਰਿਤ ਬੰਦੇ ਦਾ ਲੌਗ ਆਊਟ ਆਨ ਚ ਸਾਇਰ ਲੈ ਰਹੀ ਹੈ। ਸਾਨੂੰ ਪਹਿਲਾਂ ਵੀ ਛੋਲੇ ਦੇ ਨਾਲ ਕਣਕ ਮਿਲੀ ਆ ਜੀ। ਪ੍ਰਿੰਦਰ ਕਾ ਅੱਦਾ ਸ਼ੁਕਰੀਆ ਜੀ। ਪਰਮਿੰਦਰ ਸਿੰਘ ਆ ਜੀ। ਮੇਰਾ ਪਿੰਡ ਸਕਰੋਲਾਪੁਰ ਆ ਜੀ। ਜ਼ਿਲ੍ਹਾ ਮੁਹਾਲੀ ਜੀ। 2 ਮਹੀਨੇ ਦੇ ਹਿਸਾਬ ਨਾਲ 40 ਕਿਲੋ ਕਣਕ ਮਿਲੀ ਆ ਜੀ। ਜੋ ਕੋਰੋਨਾ ਮਹਾਮਾਰੀ ਦੇ ਵਿੱਚ ਸਾਨੂੰ ਮਦਦ ਕਰ ਰਹੇ ਆ। ਬਦਸੀ ਕੈਂਟ ਸਰਕਾਰ ਦਾ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਜੋ ਇਸ ਮਹਾਮਾਰੀ ਦੀ ਸਾਡੀ ਸਹਾਇਤਾ ਕਰ ਰਹੀ ਹੈ। ਸਾਨੂੰ ਸਰਕਾਰ ਵੱਲੋਂ ਮੁਫਤ ਕਣਕ ਮਿਲ ਰਹੀ ਹੈ ਅਸੀਂ ਕੇਂਦਰ ਸਰਕਾਰ ਦਾ ਸ਼ੁਕਰੀਆ ਦਗਾਦੇ ਹਾਂ ਸਾਨੂੰ ਇਸ ਵਾਰ 30 ਕਿਲੋ ਕਣਕ ਮਿਲ ਰਹੀ ਹੈ ਮੇਰ ਮੇਲ ਸਿੰਘ ਜੀ ਪਿੰਡ ਸਕੂਲਾ ਪਰ ਲੌਕਡਾਊਨ ਮੇ ਕਣਕ ਮਿਲਦੀ ਰਹੀ ਹੈ ਜੀ ਬੜੀ ਐਨ ਖੁਸ਼ ਹਾਂ ਪੰਜ ਜੀਆਂ ਦੀ ਮਿਲਦੀ ਹੈ ਜੀ 50 ਕਿਲੋ ਜੋ ਪਿਛਲੀ ਵਾਰ ਲੌਕਡਾਊਨ ਲੱਗਾ ਸਾਨੂੰ ਜਿਆਦਾ ਛੋਲੇ ਵੀ ਤੇ ਕਣਕ ਵੀ ਮਿਲਦੀ ਸੀ ਜੀ ਕੇਂਦਰ ਸਰਕਾਰ ਦਾ ਸ਼ੁਕਰੀਆ ਜੀ ਪਿੰਡ ਮੇਰਾ ਸਕੂਲਾ ਪਰ ਹੈ ਜੀ ਨਾਮ ਮੇਰੇ ਲਾਹੌਰ ਹੈ ਦੀਪੂ ਜੋ ਕਣਕ ਲੈਣਾ ਹੈ ਤੇ ਜੋ ਗਵਰਨਮੈਂਟ ਸਾਨੂੰ ਦੇ ਰਹੀ ਹੈ ਉਹਦਾ ਵੀ ਧੰਨਵਾਦ ਸ਼ੁਕਰੀਆ ਸਾਨੂੰ ਹੁਣ ਵੀ ਪਹਿਲੇ ਵੀ ਕਣਕ ਲੋਕਡਾਊਨ ਚ ਮਿਲੀ ਹੈ ਜੀ ਹੁਣ ਵੀ 10 ਕਿਲੋ ਮਿਲ ਰਹੀ ਹੈ 4 5 ਜੀ ਹੈ ਜੀ ਹੁਣ ਵੀ ਧੰਨਵਾਦ ਕਰ ਰਹੇ ਹਾਂ ਜੀ ਹਰਿੰਕੀ ਜੀ ਵੀ ਕਰਤਾ ਹੈ ਜੀ ਜਿਨ੍ਹਾਂ ਮਾੜੀ ਜੀ ਸਰਕਾਰ ਸਾਨੇ ਮੁਕਤ ਕਣਕ ਦੇ ਲਈ 10 ਕਿਲੋ ਇੱਕ ਜੀ ਮਿਲ 4 ਕਿਲੋ ਕਣਕ ਮਿਲਦੀ ਹੈ ਜੀ ਕੇਂਦਰ ਸਰਕਾਰ ਦਾ ਦਿਲ ਤੋਂ ਸ਼ੁਕਰੀਆ ਸਾਡੇ ਗਰੀਬਾਂ ਦੀ ਬਹੁਤ ਬਾਖੜੀ ਹੈ ਫਿਰ ਸਾਾਨੂੰ ਲੋਕਡਾਊਨ ਚ ਛੋਲੀ ਵੀ ਦੇ ਹੈ ਕਣਕ ਵੀ ਦੇਈ ਹੈ ਜੀ ਇਸ ਸਮੇਂ ਪੰਜਾਬ ਵਿੱਚ ਹਾੜੀ ਦੀ ਫਸਲ ਦੀ ਖਰੀਦ ਦਾ ਕੰਮ ਅੰਤਿਮ ਪੜਾਤੇ ਇਸ ਵਾਰ ਪਹਿਲੀ ਵਾਰ ਕਿਸਾਨਾਂ ਨੂੰ ਕਣਕ ਦੀ ਖਰੀਦੀ ਰਕਮ ਦੀ ਸਿੱਧੀ ਦਾਇਗੀ ਉਹਨਾਂ ਦੇ ਖਾਤਿਆਂ ਵਿੱਚ ਪ੍ਰਾਪਤ ਹੋਈ ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਪਟਿਆਲਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ ਕਿਸਾਨ ਸੁਰਿੰਦਰ ਸਿੰਘ ਅਤੇ ਪਿੰਡ ਨੋਦੀਪੁਰ ਦੇ ਰਾਜੇਸ਼ ਕੁਮਾਰ ਗੋਇਲ ਨੇ ਆਪਣੇ ਖਾਤੇ ਵਿੱਚ ਅਦਾਇਗੀ ਦੀ ਰਕਮ ਆਉਣ ਤੇ ਖੁਸ਼ੀ ਜ਼ਾਹਰ ਕੀਤੀ ਅਤੇ ਸਰਕਾਰ ਦਾ ਧੰਨਵਾਦ ਕੀਤਾ ਹਾਂਜੀ ਪਿੰਡ ਹਸਨਪੁਰ ਸੁਰੰਦਰਪੁਰ ਜਿਲ੍ਹਾ ਪਟਿਆਲਾ ਅਸੀਂ ਸਰਕਾਰ ਦੇ ਇਸ ਕਾਰਨ ਕੋਸ਼ੀਆ ਇਹਦੇ ਬਹੁਤ ਧੰਨਵਾਦਨੀ ਆ ਸਾਡੇ 48 ਘੰਟੇ ਦੇ ਵਿੱਚ ਵਿੱਚ ਆਪਣੇ ਸਾਰੇ ਪੇਮੈਂਟ ਆਪਣੇ ਖਾਤੇ ਸਾਡੇ ਪਾਉਂਦੀ ਹੈ ਮੈਂ ਰਜੇਸ਼ ਮਾਰ ਪਿੰਡ ਲੰਬੀਪੁਰ ਮੈਂ ਆਪਣੀ ਫਸਲ ਪਟਾਲੇ ਨਾਲ ਗਿੰਡੀ ਵਿੱਚ ਲੈ ਕੇ ਆਇਆ ਸੀ ਜੋ ਕਿ ਬਹੁਤ ਵਧੀਆ ਦਿੱਕੀ ਨਾਲ ਵਿਕ ਚੁੱਕੀ ਹੈ ਉਹਦੀ ਪੇਮੈਂਟ ਮੈਨੂੰ 48 ਘੰਟੇ ਘਟਿਆਂ ਵਿੱਚ ਮੇਰੇ ਖਾਤੇ ਵਿੱਚ ਆ ਗਈ ਹੈ ਮੈਂ ਸਪਾਰ ਦਾ ਵਾਪਰੀ ਬੇਟੀ ਦਾ ਸਾਰਾ ਦਾ ਬਹੁਤ-ਬਹੁਤ ਧੰਨਵਾਦ ਹਾਂ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਮਹੱਤਵਪੂਰਨ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ। ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ ਵਿੱਚ ਨਿਰੰਤਰ ਯਤਨਸ਼ੀਲ ਇਹਨਾਂ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਲਈ ਕੇਂਦਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਨੂੰ ਕੇਂਦਰ ਵੱਲੋਂ ਜਾਣੂ ਕਰਵਾਇਆ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪਹਿਲੀ ਵਾਰ ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਤਕਰੀਬਨ 12% ਦਾ ਇਰਜ਼ਾਫਾ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਆਈਟੀ ਨਿਯਮ ਅਨੁਸਾਰ ਟਵਿੱਟਰ ਵੱਲੋਂ ਸ਼ਿਕਾਇਤ ਨਿਵਾਰਨ ਲਈ ਸਥਾਨਕ ਅਧਿਕਾਰੀ ਦੀ ਨਿਯੁਕਤੀ ਨਾ ਕਰਨ ਸੰਬੰਧੀ ਦਿੱਲੀ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ ਪਟੀਸ਼ਨ ਵਿੱਚ ਅਪੀਲ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਆਈਟੀ ਨਿਯਮਾ ਮੁਤਾਬਕ ਤੁਰੰਤ ਸ਼ਿਕਾਇਤ ਨਿਵਾਰਨ ਅਧਿਕਾਰੀ ਦੀ ਨਿਯੁਕਤੀ ਦੀ ਹਦਾਇਤ ਕੀਤੀ ਜਾਵੇ ਐਡਵੋਕੇਟ ਅਮਿਤ ਆਚਾਰਿਆ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੂਚਨਾ ਤਕਨੀਕ ਕਾਨੂੰਨ 25 ਫਰਵ ਨੂੰ ਅਮਲ ਵਿੱਚ ਆਇਆ ਅਤੇ ਕੇਂਦਰ ਵੱਲੋਂ ਟਵਿੱਟਰ ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹਨਾਂ ਨਿਯਮਾਂ ਦਾ ਪਾਲਣ ਕਰਨ ਲਈ 3 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪਟੀਸ਼ਨਕਰਤਾ ਨੇ ਕਿਹਾ ਕਿ ਇਹ ਮਿਆਦ 25 ਮਈ ਨੂੰ ਸਮਾਪਤ ਹੋ ਗਈ ਹੈ ਪਰ ਟਵਿੱਟਰ ਵੱਲੋਂ ਹਾਲੇ ਤੱਕ ਸਥਾਨਕ ਸ਼ਿਕਾਇਤ ਨਿਵਾਰਣ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ ਦਬਈ ਵਿੱਚ ਚੱਲ ਰਹੀ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 51 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤੀ ਸਟਾਰ ਮੁੱਕੇਬਾਜ਼ ਐਮਸੀ ਮੈਰੀਕਮ ਦਾ ਮੁਕਾਬਲਾ ਪਲਕੇ ਕਜ਼ਾਕਿਸਤਾਨ ਦੀ ਨਜ਼ਾਇਮ ਕਾਇਜ਼ੇਬੁਨ ਨਾਲ ਹੋਵੇਗਾ ਛੇਵਾ ਡਿਵੀਜ਼ਨ ਚੈਂਪੀਅਨ ਮੈਰੀਕਮ ਨੇ ਕੱਲ੍ਹ ਖੇਡੇ ਗਏ ਸੈਮੀਫਾਈਨਲ ਵਿੱਚ ਮੰਗੋਲੀਆ ਦੀ ਲੱਤ ਸਾਈਖਾਂ ਨੂੰ 4-1 ਦੇ ਫਰਕ ਨਾਲ ਹਰਾ ਕੇ ਖਤਾਬੇ ਮੁਕਾਬਲੇ ਵਿੱਚ ਜਗ੍ਹਾ ਪੱਕੀ ਕੀਤੀ ਦੋ ਵਾਰ ਦੀ ਵਿਸ਼ਵ ਯੂਥ ਚੈਂਪੀਅਨ ਸਾਖੀ ਸੈਮੀਫਾਈਨਲ ਵਿੱਚ ਕਜ਼ਾਕਿਸਤਾਨ ਦੀ ਦੀਨਾ ਜ਼ੁਲਮਨ ਨੂੰ ਹਰਾ ਕੇ ਫਾਈਨਲ ਵਿੱਚ ਦਾਖਲ ਹੋਈ ਫਾਈਨਲ ਵਿੱਚ ਸਾਖੀ ਦਾ ਮੁਕਾਬਲਾ ਉਜ਼ਬੇਕਿਸਤਾਨ ਦੀ ਸਿਤੋਰਾ ਸ਼ੋਕਦਾਰੋਵ ਨਾਲ ਹੋਵੇਗਾ ਜਿਹੜੇ ਪੰਜਾਬੀ ਦੀ ਖਬਰਾਂ ਦੇ ਬਲਟਨ ਸਾਡੇ ਦਰਸ਼ਕ YouTube ਚੈਨਲ RNU DDK ਜਲੰਧਰ ਤੇ ਵੀ ਦੇਖ ਸਕਦੇ ਨੇ ਤੇ ਬਲਟਨ RNU ਜਲੰਧਰ ਦੇ ਟਵਿੱਟਰ ਹੈਂਡਲ ਅਤੇ Facebook ਪੇਜ ਤੇ ਉਪਲਬਧ ਨੇ ਇਸ ਖਬਰ ਦੇ ਨਾਲ ਹੀ ਖਬਰਾਂ ਦੇ ਬ੍ਰਿਟਨ ਖਤਮ ਹੁੰਦਾ ਹੈ ਆਗਿਆ ਦਿਓ ਧੰਨਵਾਦ